Thank you.
Thank you.
失ってしまったことに届いたこと、今あなたことあるんだよ、これ何言ってたことに私にちょっと言われたことある、あなたことあるんだって言われ、だけど、ただあなたことあるんだ、自分っていう分には絶対しないときに、あなたことあるところある、でもあなたことあるんだよ、これは一番言うて、あなたのことあるんだよ、あなたことあるんだよ、言われることあるんだよ、I'm going to go to the hospital.
دا مطلب ہے حضرت ابو طالب دے کسے بیٹے نے جے کسے نہ لڑائی لئیے تے یا نبی دے اتباع چ تے یا نبی دی مدد چ بہت شکریہ جی یا نبی دے اتباع چ تے یا کسے نبی دی مدد واسطے انہاں تلوار اونج نہیں اٹھائی اسلام تلوار دا قائل نہیں اتباع رسول پر کھوئے رکھ چھڑ دیں نبی آکے تلوار چکو دے چک لے دیں میرے کول اعلیٰ پوزی پولیس دے آفیسر اس مجلس پاک دے الحمدللہ موجود نے آرام نال بکھریاں ہو کے کدھر پوچھ لے جے اس بندے دا وی لسنس بن سکتا ہے جڑا جا کے آکے سر جی مینوں لسنس ایک بنا دیو میں دو ترے بندے مار دیں جی کدھر نہیں میرا خیال نہیں جڑا کدی بھی نہ آندے کدی بھی نہیں کدی بھی نہیں بنا دے اسی حالانکہ پستاوڑ نال بہو کر دے نہ پھینک دی وہ یار آسرے نال کی کری دا کسے نوں مار نہیں ہوندا لیکن بنتا وہ تو نہیں جڑا آخے مینو دو دو ترے بندے مار بنتا وہ تو ہی ہے جڑا میرے موضوع کے مطابق آخے حفاظت واسطے چاہیے میرے نا جی اج تو کوئی 20 سال پہلے 25 سال میں مطلب تھی اندازہ لاؤ کہ میری عمر اگر 48 سال ہوئے تو 20 سال پہلے عمر ہوئے گی 25 سال پہلے وہ میں اگر کتاب پستول تو میں سب بنوں ڈی ایس پی صاحب سے آخری سٹیج ہونے کی مطلب ہے کہ تھوڑا سا سبا کسی میرا بڑھیر سے اس کے بیٹھے سے میں گیا میں کہا سر جی دستخط کر دستخط کو میں اگے رکھے تھے وہ کھن گئی میں نے مٹھ بیٹھ جی نوجوان جی مجھے انہوں نے کہا ایک ہی کرنا حرام ہے جو میں نے کو کر رہا کل نہیں سر محبت ہی بڑھ کے بیٹھے تھے میرا سی ڈائٹ گئی میں نے کہا کہ بچہ کوئی گا نہیں تو گھبرا رہا ایک ہی کرنے پستا ہوں میں کاکھ نہ کرنا ابو میں کل نہیں نہ آئے کی میں آکھا پہ کی کر میں نے کہا ابا کی کم کر دی میں کہا ابا گوشت کا کم کر دی ہو سکا بھگتا کر رہا جی میں کہا ہے تہے کی کرنے Thank you.
Thank you.
Thank you.
ਅੱਜ ਪੂਰੀ ਦੁਨੀਆ ਤੇ ਜਿੱਥੇ ਜਿੱਥੇ ਕੋਈ ਮੋਮਿਨ ਮੌਜੂਦ ਹੈ ਉਹ ਹਜ਼ਰਤ ਕਾਸਿਮ ਦੀ ਗੱਲ ਕਰ ਰਿਹਾ ਕਾਸਿਮ ਦੀ ਅਸਲ ਵਿੱਚ ਜਿੰਨਾ ਇਹ ਰਵਾਇਤ ਮੈਂ ਦੱਸੀਆਂ ਪਾਈਆਂ ਨੇ ਉਹਨਾਂ 10 ਮੁਹਰਮ ਤੋਂ 3 ਦਿਨ ਪਹਿਲੇ 7 ਵਾਲੇ ਦਿਨ ਆਖਿਆ ਕਿ ਇਸ ਬੱਚੇ ਦੀ ਮਹਿੰਦੀ ਦਾ ਵੇਲਾ ਸੀ ਇਹਦਾ ਤਸਕਰਾ ਕਰੋ ਕਿ ਮਹਿੰਦੀ ਕਿਵੇਂ ਲੱਗੀ ਹੈ ਅਤੇ ਕਿਹਨੇ ਲਾਈ ਹੈ ਉਹ ਮੈਂ ਤੁਹਾਨੂੰ ਦੱਸਣ ਲੱਗਾ ਜਿਹੜੇ ਬੰਦੇ ਇਤਰਾਜ਼ ਕਰਦੇ ਨੇ ਕਿਹੜੀ ਖੁਸ਼ੀ ਹੈ ਕੋਈ ਖੁਸ਼ੀ ਨਹੀਂ ਜਿਹੜੀ ਮਹਿੰਦੀ ਲੱਗੀ ਹੈ ਉਹ ਮੈਂ ਤੁਹਾਨੂੰ 2-4-5 ਮਿੰਟ 'ਚ ਦੱਸਦਾ ਰਾਤ ਦੇ 2 ਵਜੇ ਦਾ ਵਕਤ ਹੈ ਹਜ਼ਰਤ ਇਮਾਮ ਹੁਸੈਨ ਮੁਸੱਲਾ ਇਬਾਦਤ ਨੇ ਤੇਰੀ ਇਬਾਦਤ ਤੋਂ ਸਦਕੇ 9 ਤੇ 10 ਦੀ ਦਰਮਿਆਨੀ ਰਾਤ ਹੈ ਮੁਸੱਲਾ ਇਬਾਦਤ ਤੇ ਮੌਜੂਦ ਨੇ ਤਹੱਜੁਦ ਦੀ ਨਮਾਜ਼ ਤੋਂ ਅੱਜ ਪਲਟ ਕੇ ਵੇਖਿਆ ਨੇ ਤੇ ਕਾਸਿਮ ਖੜਾ ਹੈ ਹਜ਼ਰਤ ਅਮੀਰ ਕਾਸਿਮ ਅਮੀਰ ਕਾਸਿਮ ਅਕਬਰ ਬੀਬੀ ਜ਼ੈਨਬ ਦੀ ਗੋਦ 'ਚ ਪਲੇ ਨੇ ਲੇਕਿਨ ਅਮੀਰ ਅਕਬਰ ਕਿਧਰੇ ਨਾ ਪੜੋਗੇ ਤੇ ਉਹ ਸ਼ਹਜ਼ਾਦਾ ਜਿਹਨੂੰ ਅਮੀਰ ਰੱਖਿਆ ਇਹ ਕਰਬਲਾ ਦੀ ਰਾਤ ਨੂੰ ਵੀ ਇੱਕ ਆਲਮੇ ਦੀਨ ਨੇ ਲਿਖਿਆ ਕਿ ਮਾਂ ਹੱਥਾਂ ਨਾਲ ਇਹਨੂੰ ਰੋਟੀ ਖਵਾਉਂਦੀ ਇਤਨਾ ਅਮੀਰ ਬੱਚਾ ਸੀ ਆਲੇ ਮੁਹੰਮਦ ਹਜ਼ਰਤ ਕਾਸਿਮ ਸ਼ਬੀਰ ਨੇ ਪਲਟ ਕੇ ਵੇਖਾ ਤੇ ਕਾਸਿਮ ਖੜੇ ਹਜ਼ਰਤ ਇਮਾਮ ਹੁਸੈਨ ਫਰਮਾਉਂਦੇ ਕਾਸਿਮ ਰਾਤ ਦੇ ਇਸ ਵੇਲੇ ਮਾਂ ਦਾ ਖੈਮਾ ਛੱਡ ਕੇ ਤੇ ਤੂੰ ਬੇਟਾ ਮੇਰੇ ਖੈਮੇ 'ਚ ਆ ਗਿਆ ਆਖਰੀ ਰਾਤ ਮਾਂ ਕੋਲ ਰਹਿਣਾ ਸੀ ਕਿਉਂ ਆਇਆ ਜਦੋਂ ਕਰੀਬ ਹੋ ਕੇ ਪੁੱਛਿਆ ਨਾ ਸ਼ਹਜ਼ਾਦਾ ਬੋਲਿਆ 13 ਸਾਲ ਦੀ ਜ਼ਿੰਦਗੀ ਹੈ ਅੱਖਾਂ ਸੁਰਖ ਨੇ ਫਰਮਾਉਂਦੇ ਨੇ ਚਾਚਾ ਮੈਨੂੰ ਭੈਜਿਆ ਹੀ ਅੰਮ ਹੈ ਪੁੱਛਣ ਸਿਰਫ ਇਹ ਆਇਆ ਕਿ ਕੱਲ੍ਹ ਦੇ ਸ਼ਹੀਦਾਂ 'ਚ ਮੇਰਾ ਨਾਮ ਹੈ ਹਜ਼ਰਤ ਇਮਾਮ ਮਾਂ ਨੇ ਦੁੱਧ ਨੇ ਆਵਾਜ਼ ਨਾ ਲਗਣਾ ਮਾਂ ਦੇ ਦੁੱਧ ਨੇ ਵਫਾ ਨਹੀਂ ਕੀਤੀ ਚਾਚਾ ਮੈਨੂੰ ਦੱਸ ਹੀ ਛੱਡੋ ਹਾਂ ਕੱਲ੍ਹ ਦੇ ਸ਼ਹੀਦਾਂ 'ਚ ਮੈਂ ਹੈ ਤੇ ਸਹੀ ਹਾਂ ਨਾ ਜਦੋਂ ਹਜ਼ਰਤ ਕਾਸਿਮ ਨੇ ਅੱਜ ਖਲੋ ਕੇ ਪੁੱਛਿਆ ਨਾ ਇਮਾਨਦਾਰੀ ਦੀ ਬਾਤ ਹੈ ਮੈਂ ਇਹ 'ਚ ਪੜਿਆ ਸ਼ਬੀਰ ਮੂੰਹ ਚੁੰਮ ਕੇ ਫਰਮਾਉਂਦੇ ਨੇ ਮੈਨੂੰ ਦੇ ਜੇ ਤੇਰੇ ਪਿਓ ਦੇ ਤੀਰ ਨਹੀਂ ਖੁੱਲੇ ਔਰ ਤੂੰ ਮੈਨੂੰ ਕਤਲ ਦੀਆਂ ਖਬਰਾਂ ਆਪਣੀਆਂ ਦੇਣ ਆ ਗਿਆ ਦੂਜਾ ਜੁਮਲਾ ਫਰਮਾਇਆ ਤੇਰੇ ਵਿੱਚੋਂ ਹਸਨ ਦੀ ਖੁਸ਼ਬੂ ਆਉਂਦੀ ਹੈ ਤੇ ਤੀਸਰਾ ਜੁਮਲਾ ਸ਼ਬੀਰ ਫਰਮਾਉਂਦੇ ਤੂੰ ਮੇਰੇ ਵੀਰ ਦੀ ਨਿਸ਼ਾਨੀ ਹੈ ਸ਼ਹਜ਼ਾਦਾ ਵਾਪਸ ਆ ਕੇ ਆਉਂਦਾ ਅੰਮਾ ਇਜਾਜ਼ਤ ਨਹੀਂ ਮਿਲਦੀ ਹਾਜ਼ਰਾ ਕਰਬਲਾ ਤੇਰੇ ਹੌਸਲੇ ਤੋਂ ਸਦਕੇ ਸੱਜਾ ਹੱਥ ਕਾਸਿਮ ਦਾ ਫੜ ਕੇ ਫਰਮਾਉਂਦੀ ਹੈ ਆ ਮੈਂ ਆਪ ਕੋਸ਼ਿਸ਼ ਕਰ ਮਾਵਾਂ ਪੁੱਤਰ ਬਚਾਉਣ ਦੀ ਕੋਸ਼ਿਸ਼ ਕਰਦੀਆਂ ਤਾਂ ਮੈਂ ਵੇਖੀਆਂ ਨੇ ਲੇਕਿਨ ਸ਼ਹਾਦਤ ਦੀ ਕੋਸ਼ਿਸ਼ ਕਰਦੀਆਂ ਮੈਂ ਕਰਦੀ ਵੇਖੀਆਂ ਨੇ ਨਿਕਲ ਕੇ ਬੀਬੀ ਸ਼ਬੀਰ ਦੇ ਖੈਮੇ 'ਚ ਨਹੀਂ ਆਈ ਜਲਦੀ ਪਿਆ ਕਰਨਾ ਜਲਦੀ ਵਾਲੀ ਗੱਲ ਤੇ ਨਹੀਂ ਲੇਕਿਨ ਜਲਦੀ ਤੁਸਾਂ ਵੀ ਗੁੱਸੇ ਨਹੀਂ ਤੌਰ ਤੇ ਕਰਨੀ ਹੈ ਤਾਂ ਕਿ ਮੈਂ ਮੰਜ਼ਿਲ ਤੇ ਬਹੁਤ ਜਲਦੀ ਪਹੁੰਚ ਜਾ ਹਜ਼ਰਤ ਉਮੇ ਫਰਵਾ ਇਤਨੀ ਹਯਾਦਾਰ ਖਾਤੂਨ ਸਨ ਕਿ ਅਜੇ ਤੱਕ ਜਿਉਂਦੀ ਇਸ ਵੇਲੇ ਦੀ ਨੂੰ ਬਣੀ ਹੈ ਇਸ ਇਮਾਮ ਹੁਸੈਨ ਦੇ ਸਾਹਮਣੇ ਖਲੋ ਕੇ ਗੱਲ ਹੀ ਕਦੀ ਨਹੀਂ ਕੀਤੀ ਆਬਾਦ ਹੈ ਮੁਝੇ ਕੱਲ ਸ਼ਬੀਰ ਦੇ ਸਾਹਮਣੇ ਕਦੀ ਨਹੀਂ ਕੀਤੀ ਅੱਜ ਸਾਹਮਣੇ ਆਈ ਨਹੀਂ ਇਹ ਫਿਰ ਸਰਕਾਰ ਦੇ ਖੈਮੇ 'ਚ ਨਹੀਂ ਗਈ ਹਜ਼ਰਤ ਜ਼ੈਨਬ ਦੇ ਖੈਮੇ ਦੇ ਸਾਹਮਣੇ ਖੜੋ ਕੇ ਤੇ ਮਾਵਾਂ ਪੁੱਤਰ ਆਖਿਆ ਇੰਨਾ ਮਾ ਯੂਰੀਦੁੱਲਾ ਨਹੀਂ ਰਹੀ ਬਾਤ ਕੋ ਮੋਦੀ ਅਹਲਲ ਬੈਤ ਵਯੂ ਤਾਹੀਰਾ ਕੋ ਮਤਹੀਰਾ ਜਿਹੜੇ ਵੇਲੇ ਦੂਆ ਮਾਂ ਪੁੱਤਰ ਆਇਤ ਪੜ੍ਹੀਏ ਅਜ਼ਾਦਾਰੋ ਸਾਰੇ ਤੁਸੀਂ ਜਾਣਦੇ ਹੋ ਇਹ ਆਇਤ ਸਬੂਹੇ ਤੇ ਸਵਾਲ ਨਹੀਂ ਪੜ੍ਹਦੇ ਸਨ ਜਿਹੜੇ ਵੇਲੇ ਮਾਵਾਂ ਪੁੱਤਰਾਂ ਨੇ ਆਇਤ ਪੜ੍ਹੀ ਇਹਨਾਂ ਮਾਂ ਪੁੱਤਰ ਨੇ ਅੰਦਰੋਂ ਜਨਾਬੇ ਫਿਜ਼ਾ ਨੇ ਪਰਦਾ ਹਟਾਇਆ ਤੇ ਛੱਡ ਕੇ ਖੌੜ ਗਈ ਜਨਾਬੇ ਜ਼ੈਨਬ ਨੂੰ ਫਰਮਾਨ ਲੱਗੀ ਕੋਈ ਸਵਾਲ ਹੀ ਨਹੀਂ ਜੇ ਕਾਸਿਮ ਤੇ ਕਾਸਿਮ ਦੀ ਮਾਂ ਦਰਵਾਜ਼ੇ ਤੇ ਖਲੋਤੇ ਗਏ ਹਜ਼ਰਤ ਜ਼ੈਨਬ ਸਾਹਮਣੇ ਆ ਕੇ ਪਰਦਾ ਹਟਾ ਕੇ ਫਰਮਾਨ ਹੈ ਭਰਜਾਈ ਤੈਨੂੰ ਤੇ ਅਸੀਂ ਭੈਣ ਭਰਾ ਮਾਂ ਸਮਝਦੇ ਤੇ ਤੂੰ ਟੁਰ ਕੇ ਸਾਡੇ ਬੂਹੇ ਤੇ ਸੋਨੀਆਂ ਵਾਲੀਆਂ ਆਇਤਾਂ ਵੀ ਪੜ੍ਹਨੀਆਂ ਹੁਕਮ ਕਿਉਂ ਨਹੀਂ ਕਰਦੀ ਤੇ ਕਨੀਜ਼ ਕਿਉਂ ਨਹੀਂ ਉਹ ਭੇਜੀ
ਦੋਵੇਂ ਹੱਥ ਜੋੜ ਕੇ ਬੀਬੀ ਉਮੇ ਫਰਮਾ ਕੋਈ ਵਫਾ ਦਾ ਮਜ਼ਹਬ ਅਹਲੇ ਬੈਤ ਦਾ ਮਜ਼ਹਬ ਦੋਵੇਂ ਹੱਥ ਜੋੜ ਕੇ ਨਾ ਹਜ਼ਰਤ ਉਮੇ ਫਰਮਾ ਫਰਮਾਉਂਦੀਆਂ ਮੇਰਾ ਜ਼ੋਰ ਤੇ ਕੋਈ ਖੜੇ ਕੀ ਸੁਣਿਆ ਜੇ ਬੜੀ ਗੁਰਬਤ ਦਾ ਜੁਮਲਾ ਹੈ ਬੀਬੀ ਫਰਮਾਉਂਦੀ ਅੱਜ ਮੇਰਾ ਜ਼ੋਰ ਹੁੰਦਾ ਜੇ ਇਹਦਾ ਪਿਓ ਮੌਜੂਦ ਹੁੰਦਾ ਅੱਜ ਇਹਦਾ ਪਿਓ ਕੋ ਨਹੀਂ ਮੈਂ ਯਤੀਮ ਦੀ ਮਾਂ ਵਾਂ ਇੱਕ ਵਾਰੀ ਆਪਣੇ ਵੀਰ ਕੋ ਪੁੱਛਦੇ ਕਹਿੰਦੇ ਸ਼ਹੀਦਾਂ ਚ ਮੇਰਾ ਕਾਸਮ ਹੈ ਕਿ ਨਹੀਂ ਬੀਬੀ ਅੱਗੇ ਅੱਗੇ ਤੇ ਮਾਂ ਪੁੱਤਰ ਪਿੱਛੇ ਪਿੱਛੇ ਉੱਥੋਂ ਸ਼ਬੀਰ ਵੇਖਿਆ ਉੱਠ ਕੇ ਖੜੇ ਹੋ ਗਏ ਇੱਕ ਜੁਮਲਾ ਮੇਰੇ ਮੌਲਾ ਨੇ ਰੱਖਿਆ ਫਰਮਾਉਂਦੇ ਤੇਰੇ ਤੋਂ ਵੀ ਸਦਕੇ ਤੇਰੀਆਂ ਸਫਾਰਿਸ਼ਾਂ ਤੋਂ ਸਦਕੇ ਹਾਏ ਹਾਏ ਜਨਾਬ ਜ਼ੈਨਬ ਅੱਗੋਂ ਪਿੱਛੇ ਅੱਜ ਫਰਮਾਉਂਦੇ ਨੇ ਫਰਕਾਈ ਉਹ ਗੱਲ ਮੈਂ ਨਹੀਂ ਹੂੰ ਕਰਨੀ ਤੂੰ ਪੁੱਛਣਾ ਇਹਦੀ ਸ਼ਹਾਦਤ ਦੀ ਗੱਲ ਉਹ ਕਾਸਿਮ ਦੇ ਕਤਲ ਦੀ ਗੱਲ ਮੈਂ ਪੁੱਛਾਂ ਪੁੱਛ ਲੈ ਨਾ ਹੋ ਕੇ ਜਦੋਂ ਬੀਬੀ ਅੱਗੇ ਹੋਈ ਹੈ ਜ਼ੈਦੀ ਸਾਹਿਬ ਨੇ ਲਿਖਿਆ ਦੋਵੇਂ ਹੱਥ ਜੁੜੇ ਹੱਥ ਪੈ ਕੰਬਦੇ ਚਿਹਰਾ ਦਰਦ ਹੁਸੈਨ ਅਲੈਹਿਸ ਸਲਾਮ ਦੇ ਕਦਮਾਂ ਤੇ ਨਜ਼ਰ ਤੇਰੀ ਹਯਾਤ ਸਦਕੇ ਅੱਜ ਮੁਜੱਸਮ ਹੋ ਕੇ ਬੀਬੀ ਖੜੇ ਹੋ ਗਿਆ ਤੇ ਦੋ ਮਿੰਟ ਬਾਅਦ ਮੁਸ਼ਕਲ ਨਾਲ ਮੂੰਹ ਚੋਂ ਨਿਫਰ ਲਫ਼ਜ਼ ਨਿਕਲਣ ਯਾ ਮੌਲਾਈ ਵਯਾ ਸੈਯਦੀ ਮੇਰਾ ਮੌਲਾ ਤੇ ਮੇਰਾ ਸਰਦਾਰ ਫਰਮਾਉਂਦੀਆਂ ਨੇ ਮੈਂ ਕਦੀ ਤੁਹਾਡਾ ਮੈਂ ਕਦੀ ਤੁਹਾਡੇ ਸਾਹਮਣੇ ਇੰਜ ਨਾ ਆਉਂਦੀ ਅਗਰ ਕਾਸਿਮ ਦਾ ਪਿਓ ਮੌਜੂਦ ਹੁੰਦਾ ਮੈਂ ਇਹਦੀ ਮਾਵਾਂ ਸਿਰਫ ਪੁੱਛਣ ਆਈਆਂ ਸਾਨੂੰ ਮਾਂ ਪੁੱਤਰਾਂ ਨੂੰ ਮੁਤਮਿਨ ਕਰ ਛੱਡੋ ਕੱਲ੍ਹ ਦੇ ਜਦੋਂ ਸ਼ਹੀਦਾਂ ਦੀ ਲਿਸਟ ਬਾਰਗਾਹ ਰਿਸਾਲਤ ਜਾਏਗੀ ਮੇਰਾ ਪੁੱਤਰ ਵਿੱਚ ਹੋਵੇਗਾ ਬਸ ਇੰਨੀ ਗੱਲ ਤਾਂ ਛੋ ਇੱਕ ਗੱਲ ਮਾਂ ਨਾਲ ਕੀਤੀ ਹੈ ਤੇ ਇੱਕ ਪੁੱਤਰ ਨਾਲ ਮਾਂ ਨੂੰ ਵੇਖ ਕੇ ਹਜ਼ਰਤ ਇਮਾਮ ਹੁਸੈਨ ਫਰਮਾਉਂਦੇ ਨੇ ਭਰਜਾਈ ਤੂੰ ਮਾਂ ਹੈ ਮੁਤਮਿਨ ਹੋ ਕੇ ਫਜਰ ਦੀ ਨਮਾਜ਼ ਪੜ੍ਹ ਆਪਣੇ ਪੁੱਤਰ ਨੂੰ ਛੋਟਾ ਨਾ ਸਮਝੀ ਮੇਰਾ 5 ਸਾਲ ਅਕਬਰ ਤੇਰੇ ਪੁੱਤਰ ਨਾਲ ਵੱਡਾ ਹੈ ਕੱਲ੍ਹ ਮੈਦਾਨ ਲੱਗਣ ਦੇ ਜੇ ਵਧਾ ਨਾ ਦਿਆਂ ਸਦਕੇ ਜਾਵਾਂ ਤੇਰੇ ਪੁੱਤਰ ਦੀ ਸ਼ਹਾਦਤ ਨੂੰ ਅਕਬਰ ਦੀ ਸ਼ਹਾਦਤ ਤੋਂ ਵਧਾ ਨਾ ਦਿਆਂ ਤਾਂ ਮੈਂ ਹੁਸੈਨ ਨੇ ਇਹਨੂੰ ਯਤੀਮ ਨਾ ਸਮਝੀ ਇਹ ਮੇਰਾ ਪੁੱਤਰ ਕਾਸਿਮ ਹੈ ਹਜ਼ਰਤ ਕਾਸਿਮ ਦੇ ਮੋਢੇ ਤੇ ਹੱਥ ਰੱਖਿਆ ਨੇ ਸਾਰ ਉਠਾ ਮੈਂ ਗੈਰਤ ਆਲੇ ਮੁਹੰਮਦ ਪੜ੍ਹਾਂ ਹੱਥ ਮੋਢੇ ਤੇ ਰੱਖ ਕੇ ਫਰਮਾਉਂਦੇ ਨੇ ਕਾਸਿਮ ਤੂੰ ਪਰੇਸ਼ਾਨ ਕਿਉਂ ਹੈ ਇਸ ਵਾਸਤੇ ਪਰੇਸ਼ਾਨ ਹੈ ਕਿ ਮੇਰੀ ਉਮਰ ਥੋੜੀ ਹੈ ਇੱਥੇ ਸ਼ਬੀਰ ਨੇ ਗੱਲ ਕੀਤੀ ਹੈ ਉਹ ਫਰਮਾਇਆ ਤੂੰ ਤੇ ਜਵਾਨ 13 ਸਾਲ ਦਾ ਕੱਲ੍ਹ ਦੇ ਸ਼ਹੀਦਾਂ ਤੇ ਮੇਰਾ ਅਸਗਰ ਵੀ ਸ਼ਾਮਿਲ ਹੈ ਅਜ਼ਾਦਾਰ ਉਹ ਅਸਗਰ ਦਾ ਨਾਮ ਆਇਆ ਸ਼ਦਾ ਦੇ ਰੰਗੜਾਈ ਲਈ ਕਬਾ ਦੇ ਬੰਦ ਟੁੱਟ ਗਏ ਹਜ਼ਰਤ ਕਾਸਮ ਦੇ ਚਿਹਰੇ ਤੇ ਜਲਾਲ ਆਇਆ ਸ਼ਬੀਰ ਉੱਚੀ ਫਰਮਾ ਦੇ ਲਿਆ ਅਬਾਸ ਸ਼ਾਗਿਰਦ ਨੂੰ ਸਭਾ ਹਜ਼ਰਤ ਅਬਾਸ ਖੌੜ ਕੇ ਅੰਦਰ ਆਏ ਉਹਨਾਂ ਕੀ ਹੋਇਆ ਫਰਮਾਇਆ ਵੇਖ ਕਾਸਮ ਦਾ ਚਿਹਰਾ ਵੇਖ ਸੁਰਖ ਚਿਹਰਾ ਸੁਰਖ ਅੱਖਾਂ ਖੁਦਾ ਕਸਮ ਵਾਲਾ ਵਿੱਚੋਂ ਪਸੀਨਾ ਪਿਆ ਡਿੱਗਦਾ ਹੈ ਇੰਨੇ ਸੋਹਣੇ ਚਿਹਰੇ ਤੋਂ ਪਸੀਨੇ ਦੇ ਕਤਰੇ ਇੰਜ ਡਿੱਗੇ ਜਿਵੇਂ ਤਾਜ਼ਾ ਗੁਲਾਬ ਤੋਂ ਸ਼ਬਨਮ ਡਿੱਗਦੀ ਹੈ ਦੋ ਪਾਸੇ ਚੁੰਮ ਲਿਆ ਦੋਵਾਂ ਭਰਾਵਾਂ ਨੇ ਇਧਰੋਂ ਸ਼ਬੀਰ ਇਧਰੋਂ ਹਜ਼ਰਤ ਅੱਬਾਸ ਤੇ ਨਾਲ ਮੂੰਹ ਲਾ ਕੇ ਫਰਮਾਉਂਦੇ ਨੇ ਸ਼ਹਾਦਤ ਤੋਂ ਸਾਡਾ ਵਿਰਸਾ ਹੈ ਤੇ ਤੂੰ ਅਸਗਰ ਦੇ ਕਤਲ ਤੇ ਪਰੇਸ਼ਾਨ ਕਿਉਂ ਹੋ ਗਿਆ ਸ਼ਹਜ਼ਾਦੇ ਦੀ ਆਵਾਜ਼ ਹੁੰਦੀ ਹੈ ਚਾਚਾ ਚਾਚੀ ਦੀ ਗੋਦ ਚ ਅਸਗਰ ਹੈ ਜੰਗ ਹੁੰਦੀ ਹੈ ਭਈਆ ਉੱਥੇ ਮੈਨੂੰ ਹੁਣ ਦੱਸੋ ਕਿਧਰੇ ਬੇਹਯਾ ਸਾਡੇ ਖੈਮੇ ਤੇ ਨਹੀਂ ਆ ਜਾ ਸ਼ਬੀਰ ਵਰਮਾ ਤੈਨੂੰ ਕਿਸੇ ਦੀ ਜ਼ਰੂਰਤ ਅੱਜ ਸਾਡੀ ਜ਼ਿੰਦਗੀ ਚ ਨਾ ਖੈਮੇ ਚਾਹੇ ਮਾਰੋ ਮਕਾਨ ਹੋ ਗਈ ਮਹਿੰਦੀ ਪੜਾ ਮੁਸਲਮਾਨੋ ਕਿਹੜੀ ਮਹਿੰਦੀ ਹੈ ਕਿਹੜੇ ਗਾਨੇ ਨੇ ਕਿਹੜੀ ਖੁਸ਼ੀ ਦਾ ਮੌਕਾ ਮਾਂ ਸਾਨੂੰ ਦੱਸੋ ਕੁਰਾਨ ਦਾ ਵਾਸਤਾ ਅਗਰ ਅੱਜ ਮਹਿੰਦੀ ਹੋਵੇ ਤੇ ਆ ਬੰਦੇ ਰੋਂਦੇ ਹੋ ਆ ਮਹਿੰਦੀ ਹੋਵੇ ਤੇ ਸਾਡੀਆਂ ਭੈਣਾਂ ਧੀਆਂ ਅੰਦਰ ਬਹਿ ਕੇ ਰੋਂਦੀਆਂ ਹੋਣ ਆ ਮਹਿੰਦੀਆਂ ਜੱਸਿਆ ਜਾਂਦਾ ਹੈ ਨੱਚਿਆ ਜਾਂਦਾ ਹੈ ਅੱਜ ਬਾਜ਼ਾਰਾਂ ਚ ਬਹਿ ਕੇ ਰਿਹਾ ਨਹੀਂ ਜਾਂਦਾ ਸਾਨੂੰ ਪੁੱਛੋ ਮਹਿੰਦੀ ਕਿਹੜੀ ਹੈ ਜਿਹੜੇ ਮੇਰੇ ਸ਼ਬੀਰ ਕੰਧ ਚ ਬੰਨ ਕੇ ਕਾਸਿਮ ਨੂੰ ਲੈ ਕੇ ਸਾਹਮਣੇ ਆਏ ਨੇ ਨਾ ਕੰਧ ਪਿੱਛੇ ਲੁਕਾਈ ਨੇ ਪਿੱਛੇ ਤੇ ਹਜ਼ਰਤ ਇਮਾਮ ਹੁਸੈਨ ਖੈਮੇ ਦੇ ਸਾਹਮਣੇ ਖਲੋ ਕੇ ਫਰਮਾਉਂਦੇ ਨੇ ਇਹ ਖੈਮਾ ਖਾਲੀ ਕਰ ਦਿਓ ਹਜ਼ਰਤ ਜ਼ੈਨਬ ਬਾਹਰ ਆ ਕੇ ਫਰਮਾਉਂਦੇ ਨੇ ਕਿਉਂ ਵੀਰ ਆਵਾਜ਼ ਆਉਂਦੀ ਅੰਮਾ ਦੀ ਜਾਈ ਮੇਰੇ ਨੇੜੇ ਹੋ ਜਦੋਂ ਹਜ਼ਰਤ ਜ਼ੈਨਬ ਕਰੀਬ ਹੋਈਆਂ ਨਾ ਸ਼ਬੀਰ ਫਰਮਾਉਂਦੇ ਨੇ ਕਾਸਿਮ ਇਸ ਕਦਰ ਲਾਸ਼ ਪਾਵਾ ਦੇ ਕਿ ਵੇਖਣ ਦੇ ਕਾਬਿਲ ਨਹੀਂ ਉਹ ਪਰਦਾਦਾਰ ਮਰ ਨਾ ਜਾਏ ਔਰ ਖਸੂਸਨ ਉਮੇ ਫਰਮਾ ਨੂੰ ਮੈਂ ਕੀ ਵਿਖਾਵਾਂ ਜਦੋਂ ਸ਼ਬੀਰ ਆਖਿਆ ਨਾ ਮੈਂ ਕੀ ਵਿਖਾਵਾਂ ਅੰਦਰੋਂ ਹੌਲੇ ਹੌਲੇ ਪਰਦੇ ਚੋਂ ਆਵਾਜ਼ ਆਈ ਅੰਦਰ ਆਓ ਮੈਂ ਹਾਜ਼ਰ ਹਾਂ ਨਹੀਂ ਮੈਨੂੰ ਵਿਖਾਓ ਮੇਰੀ ਸ਼ਹਾਦਤ ਕੈਸੇ ਕਬੂਲ ਹੋਈ ਹੈ ਜਿਹੜੇ ਮੇਰੇ ਕਟੜੀ ਸ਼ਬੀਰ ਨੇ ਸਾਹਮਣੇ ਰੱਖੀ ਹੈ ਨਾ ਹਜ਼ਰਤ ਉਮੇ ਫਰਮਾ ਹੱਥ ਜੋੜ ਕੇ ਖੜੇ ਹੋ ਗਏ ਫਰਮਾਉਂਦੇ ਨੇ ਜਦੋਂ ਦੀ ਸਹਾਰਾ ਦੀ ਲੂਹ ਬਣੀ ਆ ਮੈਂ ਕਦੀ ਤੁਹਾਡੇ ਕੋਲੋਂ ਕੋਈ ਸ਼ੈ ਮੰਗੀ ਹੈ ਉਹਨਾਂ ਅੱਗੇ ਨਹੀਂ ਮੰਗੀ ਫਰਮਾਇਆ ਅੱਜ ਖਾਲੀ ਨਾ ਮੋੜਿਆ ਕਿ ਭੈਣ ਭਰਾਵਾਂ ਕੋਈ ਪਹਿਲੀ ਵਾਰੀ ਮੰਗਣੀ ਆ ਇੱਕ ਮਿੰਟ ਵਾਸਤੇ ਸਾਰੇ ਜੀ
ਨਹੀਂ ਮੇਰੇ ਖੈਮੇ ਚੋਂ ਬਾਹਰ ਨਿਕਲ ਜਨਾਬੇ ਜ਼ੈਨਬ ਦੇ ਬਾਦ ਨੂੰ ਭਗਤ ਗਏ ਸ਼ਬੀਰ ਜਦੋਂ ਖੈਮੇ ਚੋਂ ਬਾਹਰ ਨਿਕਲੇ ਫਰਜ਼ਾ ਬਾਹਰ ਨਿਕਲੀ ਕੁਬਰਾ ਬਾਹਰ ਨਿਕਲੀ ਜਦੋਂ ਸਾਰੇ